हाँ जी दुनिया में ना बहुत बड़े-बड़े पहलवान गुजरे हैं नामवर मेरे जैसे तो अच्छा जी हां कांगड़ी पहलवान ना मेरे से बड़ा कोई पहलवान रहता कोई तो उनकी बड़ी कहानियाँ किस्से बादरी के जैसे दुस्तमर सोराब जो है वो ईरान का किस्सा है वहाँ के वो पहलवान थे बहुत बड़े फर्क पंजाब में जो सबसे नामवर पहलवान थे उनका गम्मा बेलवा हूं उनके बारे में तो एक पता नहीं वो सच है कि नहीं लेकिन छोटे होते हम सुनते होते थे, थे कि वो एक टाइम पे पूरा बकरा ही खा जाते थे चलो उनके बारे में डॉक्यूमेंट्री देखते हुँ। हुँ। उसमें उनके हैं उसमें क्या कहते हैं नहीं इसमें पता चलेगा कि सच था कि झूठ था इतने बरसों का जो हमने सुना है वो क्या था देखते हैं तो जी डॉक्यूमेंट्री है बायोग्राफी गामा पहलवान के बारे में तो देखते हैं जी ਆਈ ਜੀ ਜੀ ਗੱਲ ਜੀ ਸਾਰਿਆਂ ਨੂੰ ਪੰਜਾਬ ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਮਹਾਨ ਪਹਿਲਵਾਨ ਗੁਲਾਮ ਮੁਹੰਮਦ ਵਕਸ਼ਦੀ ਹਾਂਜੀ ਜਿਨ੍ਹਾਂ ਨੂੰ ਗਾਮਾ ਪਹਿਲਵਾਨ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਹਨਾਂ ਨੂੰ 52 ਸਾਲ ਦੇ ਕਰੀਅਰ ਵਿੱਚ ਕੋਈ ਹਰਾ ਨਹੀਂ ਸਕਿਆ ਤੇ ਇਹਨਾਂ ਦੀ ਡਾਈਟ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੇ ਆਪਣੀ ਡਾਈਟ ਨੂੰ ਹਜਮ ਕਰਨ ਲਈ ਇਹ ਸਾਰਾ ਦਿਨ ਕਸਰਤ ਕਰਦੇ ਰਹਿੰਦੇ ਸੀ ਤੇ ਇਹਨਾਂ ਦੀ ਹਾਈਟ ਦੀ ਜੇ ਗੱਲ ਕਰੀਏ ਤਾਂ ਇਹ 5 ਫੁੱਟ 7 ਇੰਚ ਦੀ ਸੀ ਤੇ ਵਜ਼ਨ ਇਹਨਾਂ ਦਾ 110 ਕਿਲੋ ਸੀ ਪਰ ਫਿਰ ਵੀ ਚੁਸਤੀ ਪੂਰੀ ਸੀ ਤੇ ਇਹਨਾਂ ਦੀ ਛਾਤੀ 46 ਇੰਚ ਦੀ ਸੀ ਤੇ ਗਾਮਾ ਪਹਿਲਵਾਨ ਦੇ ਸਰੀਰ ਦੇ ਹਿਸਾਬ ਨਾਲ ਖਾਣਾ ਪੀਣਾ ਵੀ ਬਹੁਤ ਸੀ ਉਹ 6-7 ਲੀਟਰ ਦੁੱਧ ਇੱਕ ਦਿਨ ਵਿੱਚ ਪੀਂਦੇ ਸੀ ਤੇ 5-6 ਮੁਰਗੇ ਤੇ 30-35 ਰੋਟੀਆਂ ਦਹੀਂ ਲੱਸੀ ਰਬੜੀ ਤੇ ਦੋ ਵੱਡੀਆਂ ਪਲੇਟਾਂ ਫਰੂਟ ਦੀਆਂ ਤੇ 2-3 ਕਿਲੋ ਬਦਾਮ ਦੀ ਪੇਸਟ ਬਣਾ ਕੇ ਰਗੜ ਕੇ ਪੀਂਦੇ ਸੀ ਤੇ ਅੱਧਾ ਕਿਲੋ ਘੀ ਇੱਕ ਮਹੀਨੇ ਵਿੱਚ ਨਹੀਂ ਬਲਕਿ ਹਰ ਰੋਜ਼ ਖਾਂਦੇ ਸੀ ਤੇ ਇਹ ਤੋਂ ਇਲਾਵਾ ਚੂਰਮਾ ਤੇ ਖੁਏ ਦੇ ਲੱਡੂ ਹਫਤੇ ਵਿੱਚ ਤਿੰਨ ਚਾਰ ਦਿਨ ਖਾਂਦੇ ਸੀ ਤੇ ਹੁਣ ਇੰਨਾ ਖਾਣਾ ਖਾਣ ਤੋਂ ਬਾਅਦ ਇਸ ਨੂੰ ਹਜਮ ਵੀ ਕਰਨਾ ਪੈਂਦਾ ਤੇ ਜਿਸ ਦੇ ਸਿਲਸਿਲੇ ਵਿੱਚ ਉਹ ਸਾਰਾ ਦਿਨ ਕਸਰਤ ਵੀ ਲਗਾਉਂਦੇ ਸੀ ਉਹ ਘੱਟੋ-ਘੱਟ 40 ਪਹਿਲਵਾਨਾਂ ਨਾਲ ਰੋਜ਼ ਜੂਰ ਕਰਦੇ ਸੀ ਤੇ 5000 ਦੇ ਕਰੀਬ ਬੈਠਕਾਂ ਲਗਾਉਂਦੇ ਸੀ ਤੇ ਉਹ 95 ਕਿਲੋ ਦਾ ਚੱਕਾ ਜੋ ਤੁਸੀਂ ਫੋਟੋ ਵਿੱਚ ਵੀ ਦੇਖ ਸਕਦੇ ਹੋ ਇਸ ਨੂੰ ਉਹ ਗਲ ਵਿੱਚ ਪਾ ਕੇ ਬੈਠਕਾਂ ਲਗਾਉਂਦੇ ਸੀ ਪਰ ਇਸ ਨੂੰ ਕੁਝ ਲੋਕ ਝੂਠ ਕਹਿੰਦੇ ਨੇ ਕਿਉਂਕਿ ਇਸ ਨੂੰ ਗਲ ਵਿੱਚ ਪਾ ਕੇ ਬੈਠਕ ਲਗਾਉਣਾ ਬਹੁਤ ਮੁਸ਼ਕਲ ਕੰਮ ਹੈ ਪਰ ਇਹ ਕੰਮ ਗਾਮਾ ਪਹਿਲਵਾਨ ਜੀ ਕਰ ਸਕਦੇ ਸੀ ਤੇ ਇਸ ਤੋਂ ਇਲਾਵਾ ਉਹ 3000 ਦੇ ਕਰੀਬ ਡੰਡ ਲਗਾਉਂਦੇ ਸੀ ਤੇ 5-6 ਅਲੱਗ-ਅਲੱਗ ਤਰ੍ਹਾਂ ਦੇ ਤੇ ਮੋਦਕੜ ਵੀ ਕਮਾਉਂਦੇ ਸੀ ਜੋ ਕਿ ਉਸ ਸਮੇਂ ਸਭ ਤੋਂ ਲਾਜ਼ਮੀ ਐਕਸਰਸਾਈਜ਼ ਸੀ ਸੋ ਗਾਮਾ ਪਹਿਲਵਾਨ ਆਪਣੇ ਸਮੇਂ ਦੇ ਸਭ ਤੋਂ ਤਾਕਤਵਰ ਪਹਿਲਵਾਨ ਸੀ ਤੇ ਇਹਨਾਂ ਦੇ ਕਦੇ ਨਾ ਹਾਰਨ ਵਾਲੇ ਕੈਰੀਅਰ ਕਾਰਨ ਬਰੂਸਲੀ ਵੀ ਇਹਨਾਂ ਦਾ ਫੈਨ ਸੀ ਤੇ ਬਰੂਸਲੀ ਵੀ ਇਹਨਾਂ ਦੀ ਕਸਰਤ ਨੂੰ ਫਾਲੋ ਕਰਦਾ ਹੁੰਦਾ ਸੀ ਪਰ ਇਹ ਮਹਾਨ ਇਨਸਾਨ ਦਾ ਆਖਰੀ ਸਮਾਂ ਗਰੀਬ ਬੀਤੇ ਦੁੱਖਾਂ ਵਿੱਚ ਬੀਤਿਆ ਸੋ ਗੱਲ ਕਰਦੇ ਆ ਇਹਨਾਂ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਮੁਹੰਮਦ ਅਜੀਜ਼ ਵੀ ਆਪਣੇ ਸਮੇਂ ਦੇ ਵਧੀਆ ਪਹਿਲਵਾਨ ਸੀ ਪਰ ਇਹਨਾਂ ਦੇ ਜਨਮ ਤੋਂ ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਇਹਨਾਂ ਨੇ ਕੁਸ਼ਤੀ ਬਾਰੇ ਆਪਣੇ ਨਾਨਾ ਜੀ ਤੋਂ ਹੀ ਸਿੱਖਿਆ ਸੀ ਕਿਉਂਕਿ ਉਹ ਵੀ ਇੱਕ ਬਹੁਤ ਵਧੀਆ ਪਹਿਲਵਾਨ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਵੱਡੇ ਭਰਾ ਇਮਾਮ ਬਖਸ਼ ਨੇ ਵੀ ਸ਼ੁਰੂ ਵਿੱਚ ਕੁਸ਼ਤੀ ਦੀ ਸਿੱਖਿਆ ਉਹਨਾਂ ਤੋਂ ਹੀ ਲਈ ਸੀ ਤੇ ਖੂਨ ਵਿੱਚ ਕੁਸ਼ਤੀ ਦੇ ਕਣ ਹੋਣ ਕਾਰਨ ਉਹ ਬਹੁਤ ਜਲਦੀ ਕੁਸ਼ਤੀ ਦੇ ਦਾਅ ਪੇਚ ਸਿੱਖਣ ਲੱਗੇ ਉਸ ਸਮੇਂ ਕੁਸ਼ਤੀ ਦੇ ਮੁਕਾਬਲੇ ਰਾਜਾਂ ਮਹਾਰਾਜਿਆਂ ਦੇ ਸਾਹਮਣੇ ਹੁੰਦੇ ਸੀ ਤੇ ਜਦੋਂ ਇਹਨਾਂ ਦੀ 10 ਸਾਲ ਦੀ ਉਮਰ ਸੀ ਉਦੋਂ ਜੋਧਪੁਰ ਵਿੱਚ ਡੰਡ ਮਾਰਨ ਦੇ ਮੁਕਾਬਲੇ ਚੱਲ ਰਹੇ ਸੀ ਤੇ ਇਹਨਾਂ ਨੇ ਉਸ ਵਿੱਚ ਹਿੱਸਾ ਲੈ ਲਿਆ ਤੇ ਪੂਰੇ ਭਾਰਤ ਵਿੱਚੋਂ 400 ਮੁਕਾਬਲੇਬਾਜ਼ ਉੱਥੇ ਆਏ ਹੋਏ ਸੀ ਤੇ ਸ਼ਰਤ ਇਹ ਸੀ ਕਿ ਜਿਹੜਾ ਸਭ ਤੋਂ ਜ਼ਿਆਦਾ ਡੰਡ ਮਾਰੇਗਾ ਉਹ ਜਿੱਤ ਜਾਵੇਗਾ ਤੇ ਆਖਰ ਤੱਕ ਸਾਰੇ ਪਹਿਲਵਾਨ ਥੱਕਦੇ ਜਾ ਰਹੇ ਸੀ ਪਰ ਗਾਮਾ ਪਹਿਲਵਾਨ ਹਟਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਤੇ ਇਸ ਤਰ੍ਹਾਂ ਉਥੋਂ ਦੇ ਰਾਜਾ ਜਸਵੰਤ ਸਿੰਘ ਨੇ ਗਾਮਾ ਪਹਿਲਵਾਨ ਨੂੰ ਜੇਤੂ ਕਰਾਰ ਦੇ ਦਿੱਤਾ ਤੇ ਇਸੇ ਤਰ੍ਹਾਂ ਇੱਕ ਵਰਪਵਾਨੀ ਸਿੰਘ ਨਾਮ ਦੇ ਰਾਜੇ ਨੇ ਗਾਮਾ ਪਹਿਲਵਾਨ ਨੂੰ ਕੁਸ਼ਤੀ ਲੜਦੇ ਹੋਏ ਤੇ ਜਿੱਤਦੇ ਹੋਏ ਦੇਖਿਆ ਤੇ ਉਹਨਾਂ ਨੇ ਗਾਮਾ ਪਹਿਲਵਾਨ ਨੂੰ ਕੁਸ਼ਤੀ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਦੇ ਦਿੱਤੀਆਂ ਤੇ 18 ਸਾਲ ਦੀ ਉਮਰ ਵਿੱਚ ਗਾਮਾ ਪਹਿਲਵਾਨ ਨੇ ਭਾਰਤ ਦੇ ਉਸ ਸਮੇਂ ਦੇ ਸਭ ਤੋਂ ਵਧੀਆ ਪਹਿਲਵਾਨ ਰਹੀਮ ਬਖਸ਼ ਨੂੰ ਕੁਸ਼ਤੀ ਲਈ ਚੁਣੌਤੀ ਦੇ ਦਿੱਤੀ ਤੇ ਤੁਹਾਨੂੰ ਦੱਸ ਦਈਏ ਕਿ ਰਹੀਮ ਉਸ ਸਮੇਂ ਦਾ ਰੁਸਤਮੇ ਹਿੰਦ ਸੀ ਤੇ ਉਹ 7 ਫੁੱਟ ਦੇ ਕੱਦ ਦਾ ਮਾਲਕ ਸੀ ਤੇ ਬਹੁਤ ਹੀ ਤਾਕਤਵਰ ਵੀ ਸੀ ਪਰ ਗਾਮਾ ਪਹਿਲਵਾਨ 5 ਫੁੱਟ 7 ਇੰਚ ਦੇ ਸੀ ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਰਹੀਮ ਦੇ ਅੱਗੇ ਗਾਮਾ ਪਹਿਲਵਾਨ ਕੀ ਦਿਖਦਾ ਹੋਵੇਗਾ ਤੇ ਦੋਨਾਂ ਵਿੱਚ ਸ਼ੇਰਾਂ ਵਾਂਗ ਮੁਕਾਬਲਾ ਹੋਇਆ ਪਰ ਇਹ ਮੈਚ ਡਰਾ ਰਿਹਾ ਇਸ ਤੋਂ ਗਾਮਾ ਪਹਿਲਵਾਨ ਦਾ ਨਾਮ ਪੂਰੇ ਦੇਸ਼ ਵਿੱਚ ਫੈਲ ਗਿਆ ਸੀ 1898 ਤੋਂ ਲੈ ਕੇ 1907 ਤੱਕ ਉਸ ਸਮੇਂ ਦੇ ਸਭ ਤੋਂ ਤਾਕਤਵਰ ਪਹਿਲਵਾਨ ਜਿਹੜੇ ਕਿਸੇ ਤੋਂ ਵੀ ਹਾਰੇ ਨਹੀਂ ਸੀ ਉਹਨਾਂ ਨੂੰ ਗਾਮਾ ਪਹਿਲਵਾਨ ਨੇ ਹਰਾਇਆ ਸੀ ਤੇ 1910 ਵਿੱਚ ਇੱਕ ਵਾਰ ਫੇਰ ਗਾਮਾ ਪਹਿਲਵਾਨ ਦਾ ਮੈਚ ਰਹੀਮ ਬਖਸ਼ ਨਾਲ ਹੋਇਆ ਤੇ ਬਹੁਤ ਸਮਾਂ ਕੁਸ਼ਤੀ ਲੜਨ ਤੋਂ ਬਾਅਦ ਮੁਕਾਬਲਾ ਫੇਰ ਬਰਾਬਰੀ ਤੇ ਰਹਾ ਤੇ ਉਸ ਸਮੇਂ ਗਾਮਾ ਇਕੱਲੇ ਜਿਹੇ ਪਹਿਲਵਾਨ ਸੀ ਜੋ ਕਿਸੇ ਤੋਂ ਹਾਰੇ ਨਹੀਂ ਸੀ ਤੇ ਜਦੋਂ ਗਾਮਾ ਪਹਿਲਵਾਨ 30 ਸਾਲ ਦੇ ਸੀ ਤਾਂ ਬੰਗਾਲ ਦੇ ਇੱਕ ਅਮੀਰ ਬਿਜ਼ਨਸਮੈਨ ਮਿੱਤਲ ਕੁਝ ਪਹਿਲਵਾਨਾਂ ਨੂੰ ਲੈ ਕੇ ਇੰਗਲੈਂਡ ਗਏ ਤਾਂ ਕਿ ਉਹ ਦੁਨੀਆ ਨੂੰ ਦੱਸ ਸਕਣ ਕਿ ਇੰਡੀਆ ਵਿੱਚ ਵੀ ਵਧੀਆ ਖਿਡਾਰੀ ਨੇ ਤੇ ਉੱਥੇ ਲੰਬਾਈ ਘੱਟ ਹੋਣ ਕਾਰਨ ਗਾਮਾ ਪਹਿਲਵਾਨ ਨੂੰ ਵੈਸਟਰਨ ਫਾਈਟਿੰਗ ਵਿੱਚ ਚੁਣਿਆ ਨਹੀਂ ਗਿਆ ਤੇ ਇਸ ਗੱਲ ਤੋਂ ਉਹ ਬਹੁਤ ਦੁਖੀ ਹੋਏ ਤੇ ਬਾਅਦ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਜੋ ਪਹਿਲਵਾਨ ਮੇਰੇ ਨਾਲ ਅਖਾੜੇ ਵਿੱਚ 5 ਮਿੰਟ ਟਿਕ ਸਕੇਗਾ ਮੈਂ ਉਸ ਨੂੰ 5 ਡਾਲਰ ਨਕਦ ਇਨਾਮ ਦੇਵਾਂਗਾ ਤੇ ਉੱਥੇ ਫਿਰ ਅਮਰੀਕਾ ਦੇ ਇੱਕ ਪਹਿਲਵਾਨ ਨੇ ਇਸ ਨੂੰ ਸਵੀਕਾਰ ਕੀਤਾ ਤੇ ਗਾਮਾ ਪਹਿਲਵਾਨ ਨੇ ਉਸ ਨੂੰ ਸਿਰਫ 1 ਮਿੰਟ 40 ਸੈਕਿੰਡ ਵਿੱਚ ਚਿੱਤ ਕਰ ਦਿੱਤਾ ਤੇ ਇਸ ਦੀ ਚਰਚਾ ਉਸ ਸਮੇਂ ਪੂਰੀ ਦੁਨੀਆ ਵਿੱਚ ਹੋਈ ਤੇ ਤੁਹਾਨੂੰ ਦੱਸ ਦਈਏ ਕਿ ਗਾਮਾ ਪਹਿਲਵਾਨ ਦੇ ਵੱਡੇ ਭਰਾ ਇਮਾਮ ਨੇ ਵੀ ਬਿਸ਼ਪ ਪੱਧਰ ਤੇ ਵੱਡੇ ਪਹਿਲਵਾਨਾਂ ਨੂੰ ਚਿਤ ਕੀਤਾ ਸੀ ਜਿਸ ਤੋਂ ਬਾਅਦ ਬਿਸ਼ਪ ਕੁਸ਼ਤੀ ਆਯੋਜਕਾਂ ਦੀ ਬਹੁਤ ਬੇਇੱਜ਼ਤੀ ਹੋਈ ਤੇ ਜਿਸ ਤੋਂ ਬਾਅਦ ਯੋਜਕਾਂ ਨੇ ਗਾਮਾ ਪਹਿਲਵਾਨ ਨੂੰ ਵਰਲਡ ਹੈਵੀweight ਚੈਂਪੀਅਨ ਸਟੇਨਲੀ ਨਾਲ ਲੜਨ ਲਈ ਕਿਹਾ ਤੇ ਫਿਰ 10 ਸਤੰਬਰ 1910 ਨੂੰ ਇਹਨਾਂ ਨੇ ਕੁਸ਼ਤੀ ਲੜੀ ਤੇ ਇਸ ਤੇ ਬਹੁਤ ਭਾਰੀ ਇਨਾਮ ਸੀ ਗਾਮਾ ਪਹਿਲਵਾਨ ਨੇ ਕੁਸ਼ਤੀ ਸ਼ੁਰੂ ਹੋਣ ਤੋਂ 1 ਮਿੰਟ ਵਿੱਚ ਹੀ ਵਿਰੋਧੀ ਪਹਿਲਵਾਨ ਨੂੰ ਥੱਲੇ ਦਬਾ ਲਿਆ ਤੇ ਉਹ ਪਹਿਲਵਾਨ ਨੂੰ ਢਿੱਡ ਵਾਲੇ ਪਾਸੇ ਨੂੰ ਲੰਮਾ ਪਾ ਲਿਆ ਸੀ ਤੇ ਵਿਰੋਧੀ ਪਹਿਲਵਾਨ ਭਾਰੀ ਹੋਣ ਕਾਰਨ ਗਾਮਾ ਪਹਿਲਵਾਨ ਤੋਂ ਪਲਟਾਇਆ ਨਹੀਂ ਗਿਆ ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ 2 ਘੰਟੇ 35 ਮਿੰਟ ਤੱਕ ਇਹ ਕੁਸ਼ਤੀ ਚੱਲੀ ਕਿੰਨਾ ਵੱਡਾ ਟੈਮੀਨਾ ਹੋਵੇਗਾ ਉਸ ਵਕਤ ਤੇਜ ਤੋਂ ਬਾਅਦ ਜਿੱਤ ਹਾਰ ਨਾ ਹੋਣ ਕਾਰਨ ਅਗਲੇ ਦਿਨ ਦਾ ਸਮਾਂ ਪਾ ਦਿੱਤਾ ਗਿਆ ਪਰ ਅਗਲੇ ਦਿਨ ਤੈਨ ਲਈ ਮੈਦਾਨ ਵਿੱਚ ਹੀ ਨਹੀਂ ਆਇਆ ਉਹ ਬਹੁਤ ਲੱਭਣ ਤੇ ਵੀ ਨਹੀਂ ਮਿਲਿਆ ਇਸ ਤਰ੍ਹਾਂ ਗਾਮਾ ਪਹਿਲਵਾਨ ਨੇ ਵਰਲਡ ਹੈਵੀweight ਚੈਂਪੀਅਨ ਨੂੰ ਹਰਾ ਕੇ ਦੁਨੀਆ ਉੱਤੇ ਪਛਾਣ ਬਣਾਈ ਤੇ ਇਸ ਯਾਤਰਾ ਦੌਰਾਨ ਇਹਨਾਂ ਨੇ ਦਰਜਨਾ ਪਹਿਲਵਾਨ ਚਿਤਕੀਤੇ ਤੇ ਬਹੁਤ ਭਾਰੀ ਨਾਮ ਜਿੱਤੇ ਤੇ ਇਸ ਤੋਂ ਬਾਅਦ ਗਾਮਾ ਪਹਿਲਵਾਨ ਨੇ ਖੁੱਲਾ ਚੈਲੰਜ ਕਰ ਦਿੱਤਾ ਸੀ ਕਿ ਕੋਈ ਵੀ ਜੋ ਆਪਣੇ ਆਪ ਨੂੰ ਮਹਾਨ ਮੰਨਦਾ ਹੈ ਮੇਰੇ ਨਾਲ ਕੁਸ਼ਤੀ ਕਰ ਸਕਦਾ ਹੈ ਤੇ ਇੱਕ ਵਾਰ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਤੋਂ ਬਾਅਦ ਇੱਕ 20 ਪਹਿਲਵਾਨਾਂ ਨਾਲ ਕੁਸ਼ਤੀ ਕਰਾਂਗਾ ਤੇ ਪੈਸੇ ਵੀ ਦੇਾਂਗਾ ਪਰ ਗਾਮੇ ਦੇ ਖੌਫ ਕਰਨ ਕੋਈ ਅੱਗੇ ਹੀ ਨਹੀਂ ਆਇਆ ਪਰ ਭਾਰਤ ਵਿੱਚ ਉਹ ਇੱਕ ਪਹਿਲਵਾਨ ਨੂੰ ਹਰਾ ਨਹੀਂ ਪਾਈ ਸੀ ਇਸ ਗੱਲ ਤੋਂ ਉਹ ਬਹੁਤ ਨਰਾਜ਼ ਸੀ ਤੇ ਜਿਸ ਕਾਰਨ ਉਹਨਾਂ ਨੇ ਦਵਾਰਾ ਰਹੀਮ ਬਖਸ਼ ਨੂੰ ਲਲਕਾਰਿਆ ਤੇ ਫਿਰ ਦਵਾਰਾ 1911 ਵਿੱਚ ਇਹਨਾਂ ਦੋਵਾਂ ਦੀ ਕੁਸ਼ਤੀ ਕਈ ਘੰਟਿਆਂ ਤੱਕ ਚੱਲੀ ਤੇ ਸਾਰੇ ਲੋਕ ਇਸ ਕੁਸ਼ਤੀ ਦਾ ਨਤੀਜਾ ਦੇਖਣ ਲਈ ਪਾਗਲ ਸੀ ਤੇ ਆਖਿਰ ਵਿੱਚ ਗਾਮਾ ਪਹਿਲਵਾਨ ਨੇ ਰਹੀਮ ਬਖਸ਼ ਨੂੰ ਹਰਾ ਦਿੱਤਾ ਔਰ ਇਹ ਵੀ ਗੱਲ ਮੰਨਣਯੋਗ ਹੈ ਕਿ ਰਹੀਮ ਬਖਸ਼ ਨੇ ਗਾਮਾ ਪਹਿਲਵਾਨ ਨੂੰ ਖਤਰਨਾਕ ਟੱਕਰ ਦਿੱਤੀ ਤੇ ਗਾਮਾ ਪਹਿਲਵਾਨ ਦੇ ਨੱਕ ਤੇ ਕੰਨ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਤੇ ਗਾਮਾ ਪਹਿਲਵਾਨ ਨੇ ਰਹੀਮ ਬਖਸ਼ ਨੂੰ ਆਪਣੀ ਕੁਸ਼ਤੀ ਦੇ ਦੌਰ ਦਾ ਸਭ ਤੋਂ ਤਾਕਤਵਰ ਤੇ ਖਤਰਨਾਕ ਵਿਰੋਧੀ ਮੰਨਿਆ ਸੀ ਤੇ ਇਸ ਕੁਸ਼ਤੀ ਨੂੰ ਜਿੱਤ ਕੇ ਗਾਮਾ ਪਹਿਲਵਾਨ ਨੇ ਰੁਸਤਮੇ ਹਿੰਦ ਦਾ ਕਿਤਾਬ ਆਪਣੇ ਨਾਮ ਕਰ ਲਿਆ ਸੀ ਤੇ ਇਸ ਤੋਂ ਬਾਅਦ 1916 ਵਿੱਚ ਭਾਰਤ ਦੇ ਇੱਕ ਮਸ਼ਹੂਰ ਪਹਿਲਵਾਨ ਨੂੰ ਵੀ ਹਰਾਇਆ ਜੋ ਕਿ ਬਹੁਤ ਵਧੀਆ ਪਹਿਲਵਾਨ ਸੀ ਤੇ ਇੰਗਲੈਂਡ ਦੇ ਪ੍ਰਿੰਸ ਆਫ ਵੈਲਸ 1922 ਦੀ ਯਾਤਰਾ ਦੌਰਾਨ ਜਦੋਂ ਭਾਰਤ ਆਏ ਸੀ ਤਾਂ ਉਹਨਾਂ ਨੇ ਬੇਸ਼ਕੀਮਤੀ ਇਨਾਮ ਗਾਮਾ ਪਹਿਲਵਾਨ ਜੀ ਨੂੰ ਦਿੱਤਾ ਜੋ ਕਿ ਅਕਸਰ ਉਹਨਾਂ ਦੀਆਂ ਫੋਟੋਆਂ ਵਿੱਚ ਉਹਨਾਂ ਦੇ ਮੋਢੇ ਤੇ ਰੱਖਿਆ ਦਿਖਾਈ ਦਿੰਦਾ ਹੈ ਤੇ 12 ਸਾਲ ਬਾਅਦ ਸਟੀਨਲੀ ਦੁਆਰਾ ਗਾਮਾ ਪਹਿਲਵਾਨ ਨਾਲ ਕੁਸ਼ਤੀ ਖੇਲਣ ਆਇਆ ਜਿਸ ਨੂੰ ਗਾਮਾ ਪਹਿਲਵਾਨ ਨੇ ਲੰਡਨ ਵਿੱਚ ਖੇਡ ਕੇ ਹਰਾਇਆ ਸੀ ਤੇ ਹੁਣ ਉਹ ਆਪਣਾ ਸਨਮਾਨ ਵਾਪਸ ਲੈਣ ਆਇਆ ਸੀ ਕਿਉਂਕਿ ਉਸ ਨੇ ਆਪਣੀ ਹਾਰ ਨਾਲ ਬੇਇੱਜ਼ਤੀ ਮਹਿਸੂਸ ਕਰ ਲਈ ਸੀ ਪਰ ਗਾਮਾ ਪਹਿਲਵਾਨ ਨੇ ਜਬੈਸ ਕੋ ਨੂੰ ਸਿਰਫ 22 ਮਿੰਟ ਵਿੱਚ ਹੀ ਜਿੱਤ ਕਰ ਦਿੱਤਾ ਤੇ ਇਸ ਤੋਂ ਖੁਸ਼ ਹੋ ਕੇ ਪਟਿਆਲੇ ਦੇ ਰਾਜ ਨੇ 20000 ਨਗਦ ਨਾਮ ਤੇ ਅੱਧੇ ਮਣ ਦੀ ਸੋਨੇ ਦੀ ਚੈਨ ਇਨਾਮ ਵਿੱਚ ਦਿੱਤੀ ਤੇ ਅੱਧੇ ਮਣ ਦਾ ਭਾਰ 20 ਕਿਲੋ ਹੁੰਦਾ ਤੇ 20 ਕਿਲੋ ਦੀ ਜੇ ਚੈਨ ਉਹਨਾਂ ਨੇ ਦੇ ਵੀ ਦਿੱਤੀ ਸੀ ਤਾਂ ਇਸ ਨੂੰ ਪਾਉਣ ਲਈ ਵੀ ਕੋਈ ਚੰਗਾ ਹੀ ਬੰਦਾ ਚਾਹੀਦਾ ਤੇ ਇਸ ਤੋਂ ਬਾਅਦ ਗਾਮਾ ਪਹਿਲਵਾਨ ਦਾ ਖੌਫ ਇੰਨਾ ਵੱਧ ਗਿਆ ਸੀ ਕਿ 1927 ਤੱਕ ਗਾਮਾ ਪਹਿਲਵਾਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਪਰ 1928 ਵਿੱਚ ਦਵਾਰਾ ਤੋਂ ਜਬੈਸਕੋ ਨੇ ਚੈਲੰਜ ਕੀਤਾ ਤੇ ਇਸ ਮੈਚ ਦਾ ਸਾਰੀ ਦੁਨੀਆ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਇਸ ਮੈਚ ਦਾ ਸਵਾਦ ਨਹੀਂ ਆਇਆ ਕਿਉਂਕਿ ਗਾਮਾ ਪਹਿਲਵਾਨ ਅੱਗੇ ਤਾਂ 5-7 ਮਿੰਟ ਵਿੱਚ ਠਾਉਂਦਾ ਸੀ ਇਸ ਵਾਰ ਉਸ ਨੇ 40 ਸੈਕਿੰਡ ਵਿੱਚ ਹੀ ਜਬੈਸਕੋ ਨੂੰ ਚਿਤ ਕਰ ਦਿੱਤਾ ਤੇ ਸਾਊਥ ਏਸ਼ੀਆ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਤੇ ਇਸ ਤੋਂ ਬਾਅਦ ਜਬੈਸਕੋ ਨੇ ਗਾਮਾ ਪਹਿਲਵਾਨ ਨੂੰ ਦਾ ਗ੍ਰੇਟ ਟਾਈਗਰ ਕਹਿ ਕੇ ਸੰਬੋਧਿਤ ਕੀਤਾ ਤੇ ਉਸ ਸਮੇਂ ਗਾਮਾ ਪਹਿਲਵਾਨ ਸ਼ੇਰ ਹੈਵੀ ਸੀ ਤੇ ਇਸੇ ਕਾਰਨ ਬਰੂਸਲੀ ਵੀ ਉਹਨਾਂ ਦਾ ਬਹੁਤ ਵੱਡਾ ਭਗਤ ਸੀ ਤੇ 1952 ਵਿੱਚ ਗਾਮਾ ਪਹਿਲਵਾਨ ਜੀ ਨੇ ਸੰन्यास ਲੈ ਲਿਆ ਤੇ 1928 ਤੋਂ ਲੈ ਕੇ 1952 ਤੱਕ ਇਸ ਸਮੇਂ ਦੌਰਾਨ ਕਿਸੇ ਨੇ ਵੀ ਗਾਮਾ ਪਹਿਲਵਾਨ ਨੂੰ ਚੈਲੰਜ ਨਹੀਂ ਕੀਤਾ ਤੇ ਉਹ ساری ਉਮਰ ਜਿੱਤੇ ਹੀ ਰਹੇ ਕਿਸੇ ਤੋਂ ਵੀ ਨਹੀਂ ਹਾਰੇ ਜੋ ਕਿ ਬਹੁਤ ਵੱਡੀ ਗੱਲ ਹੈ ਤੇ ਇਹਨਾਂ ਨੇ ਹੀ ਕੁਸ਼ਤੀ ਨੂੰ ਵਿਸ਼ਵ ਪੱਧਰੀ ਪਹਿਚਾਣ ਦਵਾਈ ਪਰ ਗਾਮਾ ਪਹਿਲਵਾਨ ਜੀ ਦੇ ਆਖਰੀ ਦਿਨ ਬੜੀ ਗਰੀਬੀ ਤੇ ਦੁੱਖਾਂ ਵਿੱਚ ਨਿਕਲੇ ਇਹ ਛੋਟੀ ਜੀ ਝੌਂਪੜੀ ਵਿੱਚ ਵੀ ਰਹੇ ਤੇ ਪੂਰੀ ਦੁਨੀਆ ਵਿੱਚ ਪਹਿਚਾਣ ਖੱਟਣ ਵਾਲੇ ਖਿਡਾਰੀ ਨੂੰ ਗਰੀਬੀ ਕਾਰਨ ਆਪਣੇ ਮੈਡਲ ਤੇ ਹੋਰ ਨਾਮ ਵੇਚਣੇ ਪਏ ਤੇ ਉਹਨਾਂ ਦੇ ਪੰਜ ਪੁੱਤਰਾਂ ਦਾ ਇੱਕ ਤੋਂ ਬਾਅਦ ਇੱਕ ਹਾਂਤ ਹੋ ਗਿਆ ਜਿਸ ਤੋਂ ਬਾਅਦ ਉਹ ਹੋਰ ਵੀ ਟੁੱਟ ਗਈ ਤੇ ਉਹਨਾਂ ਨੂੰ ਕਈ ਲੋਕਾਂ ਨੇ ਪੈਸੇ ਭੇਜੇ ਵੀ ਸੀ ਪਰ ਉਦੋਂ ਬਹੁਤ ਦੇਰ ਹੋ ਗਈ ਸੀ ਤੇ 22 ਮਈ 1960 ਨੂੰ ਇਸ ਦੁਨੀਆ ਨੂੰ ਉਹ ਛੱਡ ਕੇ ਚਲੇ ਗਏ ਤੇ ਇਸ ਤਰ੍ਹਾਂ ਸਭ ਤੋਂ ਮਹਾਨ ਪਹਿਲਵਾਨ ਗੁਲਾਮ ਮੁਹੰਮਦ ਜੀ ਸਾਡੇ ਤੋਂ ਦੂਰ ਹੋ ਗਏ ਪਰ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਇੱਕ ਵਾਰ ਬੜੋਦਰਾ ਵਿੱਚ ਪੱਥਰ ਚੁੱਕਣ ਦੇ ਮੁਕਾਬਲੇ ਵਿੱਚ ਗਾਮਾ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕ ਦਿੱਤਾ ਤੇ ਉਹ ਪੱਥਰ ਅੱਜ ਵੀ ਬੜੋਦਰਾ ਦੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਤੇ ਉਹ ਕਦੇ ਹਾਰੇ ਨਹੀਂ ਸੀ ਪਰ ਸਿਰਫ ਇੱਕ ਹੀ ਇਨਸਾਨ ਜਿਸ ਨੂੰ ਹਰਾ ਨਹੀਂ ਸਕੇ 1940 ਵਿੱਚ ਬਲਰਾਮ ਹਿਰਾਮਨ ਜਾਦਵ ਅੱਗੇ ਆਇਆ ਤੇ ਉਹ ਵੀ ਉਦੋਂ ਤੱਕ ਕਿਸੇ ਤੋਂ ਨਹੀਂ ਹਾਰਿਆ ਸੀ ਕਈ ਘੰਟੇ ਕੁਸ਼ਤੀ ਚੱਲੀ ਪਰ ਕੋਈ ਵੀ ਕਿਸੇ ਨੂੰ ਨਹੀਂ ਹਰਾ ਸਕਿਆ ਜਿਸ ਤੋਂ ਬਾਅਦ ਕੁਸ਼ਤੀ ਨੂੰ ਬਰਾਬਰੀ ਤੇ ਛਾੜ ਦਿੱਤਾ ਤੇ ਸਿਰਫ ਬਲਰਾਮ ਹੀ ਐਸਾ ਪਹਿਲਵਾਨ ਸੀ ਜਿਸ ਨੂੰ ਗਾਮਾ ਪਹਿਲਵਾਨ ਹਰਾ ਨਹੀਂ ਸਕਿਆ ਸੀ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਗਾਮਾ ਪਹਿਲਵਾਨ ਦੀ ਉਮਰ ਜ਼ਿਆਦਾ ਹੋ ਗਈ ਸੀ ਪਰ ਬਲਰਾਮ ਅਜੇ ਨਵਾਂ ਸੀ ਪਰ ਫੇਰ ਵੀ ਗਾਮਾ ਪਹਿਲਵਾਨ ਜੀ ਹਾਰੇ ਨਹੀਂ ਤੇ ਆਪਣੀ ਰਟੇ ਮੈਂ ਲੈਂਣ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਕਿ ਇੱਕ ਲਾਸਟ ਕੁਸ਼ਤੀ ਰੱਖ ਲੈਣੇ ਆ ਤੇ ਜਿਸ ਤੋਂ ਬਾਅਦ ਮੈਂ ਸੰਿਆਸ ਲੈ ਲਾਂਗਾ ਤੇ ਲਾਸਟ ਕੁਸ਼ਤੀ ਹੋਣ ਕਰਕੇ ਬਹੁਤ ਭਾਰੀ ਮਾਤਰਾ ਵਿੱਚ ਲੋਕਾਂ ਦਾ ਇਕੱਠ ਹੋਇਆ ਲੋਕ ਬਹੁਤ ਖੁਸ਼ੀ ਤੇ ਗਾਮਾ ਪਹਿਲਵਾਨ ਦੀ ਕੁਸ਼ਤੀ ਪੀਟਰਸਨ ਨਾਮ ਦੇ ਪਹਿਲਵਾਨ ਨਾਲ ਸੀ ਤੇ ਕੁਸ਼ਤੀ ਦੇ ਸ਼ੁਰੂ ਹੁੰਦੇ ਹੀ ਪਹਿਲੇ 30 ਸੈਕਿੰਡ ਵਿੱਚ ਗਾਮਾ ਪਹਿਲਵਾਨ ਨੇ ਪੀਟਰਸਨ ਨੂੰ ਚਤ ਕਰ ਦਿੱਤਾ ਤੇ ਲੋਕ ਬਹੁਤ ਦੁਖੀ ਹੋਏ ਤੇ ਕਿਸੇ ਨੂੰ ਸਵਾਦ ਨਹੀਂ ਆਇਆ ਕਿਉਂਕਿ ਲੋਕ ਅਜੇ ਬੈਠ ਹੀ ਰਹੇ ਸੀ ਤੇ ਉਹਨਾਂ ਨੇ ਬੈਠਦੇ-ਬੈਠਦੇ ਹੀ ਕੁਸ਼ਤੀ ਖਤਮ ਕਰ ਦਿੱਤੀ ਤੇ ਤੁਹਾਨੂੰ ਦੱਸ ਦੇ ਕਿ ਪਹਿਲਵਾਨ ਕਦੇ ਵੀ ਰਿਟਾਇਰਮੈਂਟ ਨਹੀਂ ਲੈ ਕੇ ਬੈਠਦਾ ਉਹ ساری ਉਮਰ ਜੋਰ ਤੇ ਮਿਹਨਤ ਕਰਦਾ ਹੀ ਰਹਿੰਦਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਬਹੁਤ ਜ਼ਬਰਦਸਤ ਇਹ ਤਾਂ ਬੰਦਾ ਹੀ ਇਤਨਾ ਜ਼ਬਰਦਸਤ ਹੈ तो ਓਨ ਕੀ ਤਾਂ ਬਾਤੇ ਵੀ ਬਹੁਤ ਮਜ਼ਾ ਆਇਆ ਬਹੁਤ ਅਪੀਅਰਸ ਬਣਾਏ ਨੇ ਬਹੁਤ ਅੱਛਾ ਐਕਸਪਲੇਨ ਕੀਆ ਔਰ ਬੜੀ ਅੱਛਾ ਸਟਾਈਲ ਨਾਲ ਬੋਲਨੇ ਦਾ ਔਰ ਸਰਬ ਬਤਲਨੇ ਦਾ ਗਾਮਾ ਪਹਿਲਵਾਨ ਤੋਂ ਇੱਕ ਘਾਇਰੇ ਬਹੁਤ بڑا ਨਾਮ ਔਰ ਪੂਰਾ ਇਨਕਾ ਖਾਨਦਾਨ ਬਤਾਓ ਉਸਨੇ ਬਹੁਤ بڑے ਨਾਮਰ पहलवान भी गुजरे हैं और एक अक्की पहलवान था शायद इनके उलाद में से और उसकी लड़ाई ब्रूसली से हुई थी या कोई जापान के किसी से हुई थी उनकी भी और एक जरा पहलवान बहुत मशहूर गुजरे हैं वो भी इनकी उलाद में से ही थे तो जापान के तो सोमो रेसलर होते हैं उनमें से तो नहीं था कोई शायद उनमें से कोई आया था एक पहलवान का एक मुझे याद है वाक्य शायद कोई था उनके साथ हुआ था मुकाबला तो एक ही था जारा पहलवान का बड़ा नाम सुना था उसके बाद से फिर कोई आगे पहलवान शायद नहीं आया गया दौर बदल गया पहलवानी का दौर ख़त्म हो गया दूसरी गेम्स जो थी उन पर तोजो हो गई तो बाकी इनकी खुराकें तो बहुत होती थी तो इतनी भी गुर्बत शायद नहीं आई थी उनके खानदान पर जितनी इन्होंने बताई है यह है कि ए, उस तरह की खुराक अफोर्ड करना भी तो मुश्किल बात होती है जो उन्होंने एक आदत बना ली होती है अपने खाने पीने उनको जरूरत होती है उस लिए लिए तो उसके लिए मसला होता होगा वो भी है फिर एक है। वो जो अ, मेरे ख्याल में दुख लेके बैठ गया क्योंकि वो कह रहे ना कि बेटों की मौत हो गई बैक टू बैक वो भी वो भी एक गुर्बत तो हो नहीं सकती है इतनी ज्यादा क्योंकि आपने वो एक किस्सा बताया तो था कि उनकी जो बेटी थी उनके जो रिश्तेदार हैं वो नवाजशरीफ़ फैमिली जो है उनकी बेगम जो है वो इसी ख़ानदान से थी तो बचपन में हम जाया करते थे जब क्योंकि हमारे महलदार हैं इतफाक में जो उनका घर हमारे महल में था तो वहाँ जितने बड़े इवेंट कोई भी होते थे तो हम भी इनवाइटेड होते थे हम तो जाते थे तो उसमें मैंने ये गामा पहलवान के ख़ानदान की खातानी देखी जो कि काफ़ी सेहतमंद होती थी गोल मटोल सुखों सफ़ेद और वो यानी हम अपने बचपन में जब हम स्कूल में पढ़ते थे क्योंकि वो सारी हमारी सहेलियाँ थी उनकी जितनी भी कज़न्स थी नवाज शरीफ की तो वो उन वो जेवर से लदी होती थी यानी उन्होंने इतना ज़्यादा सोना पहना होता था हाथों में चूड़ियाँ और गले में और ये वो और हम इसी बात से मतलब मरूब होते थे कि वो इतनी ख़ूबसूरत हैं और उन्होंने इतना सारा वो चमक दमक वाले वो जो है वो जेवर पहने ऐसा मुझे सब चल मुझे, मुझे तो बचपन की याद याद है बस तो वो इनकी निवासियाँ होंगी आगे से या इनकी कोई होंगी पाकिस्तान वगैरह में तो ये काफ़ी ज़्यादा मशहूर हुआ था कि ये एक टाइम पे नशे पे लग गए थे अच्छा तो आखिरी वक्त जो है वो बुरा जो गुजरा है ना वो उसकी वजह से है कि हाँ हेरोइन पे लग गए थे तो वो वो वही वही वजह वजह ये बन सकती है कि दुख की वजह से वो हीरोइन पे लग गए और वो फिर उसके बाद फिर वो अंदर से बिल्कुल ही पताोगे ये बड़ा जो ए, इंसान एक पीक पे जा चुका होता है ना बहुत बड़ा होराइजन होता है उसके बाद देख चुका होता है तो उसके बाद उसको डाउनफॉल जो है उसको कबूल करना बहुत मुश्किल हो जाता है कि अब मुझे कोई भी नहीं जानता का पूरी दुनिया में मेरा नाम था तो ये चीजें हर बड़े आदमी के साथ ये वाक्य जो है ये होता है चले वजह की सपोर्ट भी नहीं होगी हालांकि पहले राजे महाराजे जो थे आ, मैं हमेशा कहा करती हूँ कि पहले वक्तों के पहलवान हो गए मौसीकार हो गए शायर हो गए यानी जितने फनकार थे गुलकार हो गए उनको राजे महाराजों की सपोर्ट मिलती थी यानी वो उनको वजीफे बजी, पे दिया करते थे उनको तो जब से वो निज़ाम ख़त्म हुआ है जब से

शेर <laughs> की भी नहीं रानी <laughs> yeah. अगर गवर्नमेंट से चल के आए तो yeah. जितने वो जात है, में में है। काँजो, हा, काँजो हा, वो जितने आनी कागजों कागजों में मिली जी बड़े बड़े भी इस तरह के अवॉर्ड जिनके साथ रकम होती है दस लाख साथ मिलेगा ये एक तो वो मिलते ही उन लोगों को जिनकी पी आर वगैरा होती है ऐसा ही है दूसरे उसमें वो जो इतना उसमें से टैक्स निकल गया इतना उसमें से वो देने वाले ने आ, आदा, आदा, आदा कर लो तुम्हें तो दिलवा देते नहीं इसलिए <laughs> मैंने कहा था कि वो पेपरों पूपरों में जो आती है हाँ, वो जो सारे के सारे हाँ, हाँ, वो जो क्लर्क क्लर्क जितने वो जो जितने हाँ, भी औहदे बीच में आएंगे हाँ, प्राइम मिनिस्टर से लेकर नीचे वो थोड़ा थोड़ा करके हिस्सा जाता है ना सारों में तो एंड पे तो वो थोड़ा सी रह जाता और अक्सर लोग वो होते हैं जो कहते हैं ठीक है पैसे रख लो सन नाम दे दस दे अच्छी चले जाए तो वो फिर वो ऊपर के तबके तक ही रह जाती है वो जो जो असली हकदार होते हैं उन तक वो कभी नहीं पहुंचती ऐसी ना पहले वक्तों में तो जो बादशाह ना वो तो ऑन द स्पॉट था ना ना हाँ, आपने वो जो हाँ, वो जो वो फाइट देख रहे थे ना, हाँ, उसी पे खुश हुए वो हाँ, 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 <laughs> सीधा ही आया था, हाँ, था ना, उसमें बीच में चोले तुम जाके दो तो उसने तो आगे खाली आधा किलो ही पढ़ानी थी ये नहीं रही फनकार की बहुत सारे भूखे मरे हैं कितने ही हैं कितने ये तो ये तो एक वाक्य हमने देखा है बहुत दुनिया शायर खास तौर तो पे हुँ। आप तो जानती ही है। हैं <laughs> लो जी ये था जी गामा पहलवान मजा आया बहुत जबरदस्त वो इंसान ही जब उनके मार्के इतने जबरदस्त हो इतने जबरदस्त तरीके तो मजा भी आता है और उस जमाने में उन्होंने शोहरत और वो इज्जत कमाई है जबकि ऐसा मीडिया भी नहीं था टीवी नहीं था नहीं रेडियो नहीं। पे या सुन सुनाई बातों हाँ। पे कितने साल लगते हो इंटरनेट था ना कुछ टीवी था ना कुछ मतलब उस वक्त उन्होंने सारी दुनिया में ये कमाल था सदी में पैदा होता आजकल तो बहुत से लोग तो सदी में पैदा होते चलिए बहुत अच्छा बहुत खूबसूरत इसकी फरमाइश भी आई थी हाँ जी और बड़ी देर से आ रही थी हाँ। <laughs> बहुत देर से आ रही थी तो आज बल्कि वो खुश हो गए होंगे जिनकी फरमाइश थी बाकी इंजॉय करें मिलते हैं अगली वीडियो में तब तक के लिए अपना ख्याल रखे तो हमें